ਸਤਿ ਸ੍ਰੀ ਅਕਾਲ। ਅੱਜ ਅਸੀਂ ਪੰਜਾਬੀ ਪੁਸਤਕ ਜਮਾਤ ਦੂਜੀ ਵਿੱਚੋਂ ਪਾਠ ਨੰਬਰ 10 ਮੇਰਾ ਪਿੰਡ ਲੇਖ ਕਰਾਂਗੇ। ਦੋਸਤੋ, ਇੱਕ ਜ਼ਰੂਰੀ ਸੂਚਨਾ, ਜੇ ਤੁਸੀਂ ਇਸ ਪਾਠ ਤੋਂ ਪਹਿਲਾਂ ਪਾਠਾਂ ਉੱਤੇ ਬਣੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਹੇਠਾਂ ਦਿੱਤੇ ਗਏ ਡਿਸਕ੍ਰਿਪਸ਼ਨ ਬਾਕਸ ਵਿੱਚ ਕੱਲੀ ਕੱਲੀ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ, ਤੁਸੀਂ ਦੇਖ ਸਕਦੇ ਹੋ। ਆਓ ਵੀਡੀਓ ਸ਼ੁਰੂ ਕਰਦੇ ਹਾਂ। ਪਾਠ ਨੰਬਰ 10 ਮੇਰਾ ਪਿੰਡ। ਇਹ ਮੇਰਾ ਪਿੰਡ ਹੈ। ਇਹ ਪਿੰਡ ਕਾਫੀ ਵੱਡਾ ਹੈ। ਇੱਥੇ ਲਗਭਗ 200 ਘਰ ਹਨ। ਕੁਝ ਕੱਚੇ ਹਨ ਪਰ ਬਹੁਤੇ ਘਰ ਪੱਕੇ ਹਨ। ਅਸੀਂ ਪੱਕੇ ਘਰਾਂ ਵਿੱਚ ਰਹਿੰਦੇ ਹਾਂ। ਮੇਰੇ ਪਿਤਾ ਜੀ ਇੱਕ ਕਿਸਾਨ ਹਨ। ਮੈਂ ਸਵੇਰੇ ਜਲਦੀ ਉੱਠਦਾ ਹਾਂ, ਉਹਨਾਂ ਨਾਲ ਖੇਤਾਂ ਵਿੱਚ ਕੰਮ ਕਰਦਾ ਹਾਂ। ਅਸੀਂ ਆਪਣੇ ਖਾਣ ਲਈ ਕੁਝ ਕਣਕ, ਛੋਲੇ ਅਤੇ ਚਾਵਲ ਰੱਖ ਲੈਂਦੇ ਹਾਂ। ਬਾਕੀ ਅਨਾਜ ਮੰਡੀ ਵਿੱਚ ਵੇਚ ਦਿੰਦੇ ਹਾਂ। ਮੇਰੇ ਪਿੰਡ ਦੇ ਲੋਕ ਬਹੁਤ ਮਿਹਨਤੀ ਹਨ। ਸਾਰੇ ਆਪਣੇ ਆਪਣੇ ਕਿੱਤਿਆਂ ਅਨੁਸਾਰ ਕੰਮ ਕਰਦੇ ਹਨ। ਕੋਈ ਕੱਪੜਾ ਬੁਣਦਾ ਹੈ, ਕੋਈ ਕੱਪੜਾ ਸਿਉਂਦਾ ਹੈ, ਕੋਈ ਲੱਕੜੀ ਤੋਂ ਪਟੜੇ, ਘੋਟਣੇ ਤੇ ਮੇਜ ਕੁਰਸੀਆਂ ਬਣਾਉਂਦਾ ਹੈ, ਕੋਈ ਲੋਹੇ ਤੋਂ ਬਾਲਟੀਆਂ, ਕਈਆਂ ਖੁਰਪੇ ਤੇ ਦਾਤੀਆਂ ਬਣਾਉਂਦਾ ਹੈ, ਕੋਈ ਮਿੱਟੀ ਦੇ ਭਾਂਡੇ ਤਿਆਰ ਕਰਦਾ ਹੈ, ਕੋਈ ਜੁੱਤੀਆਂ ਬਣਾਉਂਦਾ ਹੈ, ਕਿਸੇ ਘਰ ਵਿੱਚ ਦਰੀਆਂ ਤੇ ਖੇਸ ਬੁਣੇ ਜਾਂਦੇ ਹਨ, ਕੋਈ ਤੂਤ ਦੀ ਛਿੱਟੀਆਂ ਦੇ ਟੋਕਰੇ ਬਣਾਉਂਦਾ ਹੈ, ਕਈਆਂ ਨੇ ਮੱਝਾਂ ਰੱਖੀਆਂ ਹੋਈਆਂ ਹਨ, ਉਹ ਦੁੱਧ ਵੇਚਣ ਦਾ ਕੰਮ ਕਰਦੇ ਹਨ। ਔਰਤਾਂ ਵੀ ਘਰਾਂ ਅਤੇ ਖੇਤਾਂ ਵਿੱਚ ਕੰਮ ਕਰਦੀਆਂ ਹਨ। ਮੇਰੇ ਪਿੰਡ ਵਿੱਚ ਇੱਕ ਸਕੂਲ ਹੈ। ਇੱਥੇ ਕੁੜੀਆਂ ਤੇ ਮੁੰਡੇ ਇਕੱਠੇ ਪੜ੍ਹਦੇ ਹਨ। ਇੱਥੇ ਇੱਕ ਲਾਇਬ੍ਰੇਰੀ ਵੀ ਹੈ। ਲੋਕ ਲਾਇਬ੍ਰੇਰੀ ਵਿੱਚ ਬੈਠ ਕੇ ਪੜ੍ਹਦੇ ਹਨ। ਪਿੰਡ ਵਿੱਚ ਇੱਕ ਸਰਕਾਰੀ ਡਿਸਪੈਂਸਰੀ ਹੈ। ਇੱਥੇ ਦਵਾਈਆਂ ਮੁਫ਼ਤ ਮਿਲਦੀਆਂ ਹਨ। ਪਿੰਡ ਵਿੱਚ ਪਸ਼ੂਆਂ ਦਾ ਇੱਕ ਹਸਪਤਾਲ ਵੀ ਹੈ। ਪਿੰਡ ਵਿੱਚ ਇੱਕ ਡਾਕਖਾਨਾ ਹੈ। ਡਾਕੀਆ ਡਾਕ ਵੰਡਦਾ ਹੈ। ਮੇਰੇ ਬਾਬਾ ਜੀ ਪਿੰਡ ਵਿੱਚ ਰਹਿ ਕੇ ਖੁਸ਼ ਹਨ। ਸਾਫ਼, ਤਾਜ਼ੀ ਅਤੇ ਖੁੱਲੀ ਹਵਾ ਉਹਨਾਂ ਨੂੰ ਪਸੰਦ ਹੈ। ਮੇਰੇ ਮਾਤਾ ਜੀ ਕਹਿੰਦੇ ਹਨ ਕਿ ਸਾਡਾ ਪਿੰਡ ਹੁਣ ਸ਼ਹਿਰ ਵਰਗਾ ਹੈ। ਸਾਡੇ ਘਰਾਂ ਵਿੱਚ ਬਿਜਲੀ ਹੈ, ਟੈਲੀਵਿਜ਼ਨ ਤੇ ਫਰਿੱਜ ਤਾਂ ਹੁਣ ਸਾਰਿਆਂ ਕੋਲ ਹਨ। ਖੇਤਾਂ ਵਿੱਚ ਬਿਜਲੀ ਨਾਲ ਮੋਟਰਾਂ ਚੱਲਦੀਆਂ ਹਨ। ਖੇਤੀ ਟਰੈਕਟਰਾਂ ਨਾਲ ਹੁੰਦੀ ਹੈ। ਗੱਡਾ ਤੇ ਹੱਲ ਤਾਂ ਹੁਣ ਕਿਸੇ ਕਿਸੇ ਕੋਲ ਹੀ ਹਨ। ਇਸ ਵਾਰ ਮੀਂਹ ਬਹੁਤ ਪਿਆ ਹੈ। ਪਿੰਡ ਦਾ ਟੋਬਾ ਪਾਣੀ ਨਾਲ ਭਰ ਗਿਆ ਹੈ। ਪਹਿਲਾਂ ਮੱਝਾਂ, ਗਾਵਾਂ ਤੇ ਭੇਡਾਂ ਬੱਕਰੀਆਂ ਉੱਥੇ ਹੀ ਪਾਣੀ ਪੀਂਦੀਆਂ ਸਨ, ਪਰ ਹੁਣ ਪਸ਼ੂਆਂ ਨੂੰ ਵੀ ਸਾਫ਼ ਪਾਣੀ ਪਿਲਾਇਆ ਜਾਂਦਾ ਹੈ। ਅਸੀਂ ਘਰਾਂ ਵਿੱਚ ਟੂਟੀਆਂ ਤੋਂ ਪਾਣੀ ਪੀਂਦੇ ਹਾਂ। ਨਲਕੇ ਤੇ ਖੂਹ ਬਹੁਤ ਘੱਟ ਗਏ ਹਨ। ਮੇਰੇ ਚਾਚਾ ਜੀ ਡਾਕਟਰ ਹਨ, ਉਹ ਚੰਡੀਗੜ੍ਹ ਰਹਿੰਦੇ ਹਨ। ਛੁੱਟੀਆਂ ਵਿੱਚ ਉਹਨਾਂ ਦਾ ਪਰਿਵਾਰ ਵੀ ਪਿੰਡ ਆਉਂਦਾ ਹੈ। ਸੜਕ ਪੱਕੀ ਹੋਣ ਕਰਕੇ ਉਹਨਾਂ ਦੀ ਕਾਰ ਸਿੱਧੀ ਘਰ ਅੱਗੇ ਆਉਂਦੀ ਹੈ। ਉਹ ਕਹਿੰਦੇ ਹਨ ਕਿ ਤਾਜ਼ੀਆਂ ਸਬਜ਼ੀਆਂ ਤਾਂ ਪਿੰਡ ਵਿੱਚ ਹੀ ਮਿਲਦੀਆਂ ਹਨ। ਸਾਗ ਅਤੇ ਮੱਕੀ ਦੀ ਰੋਟੀ ਖਾ ਕੇ ਉਹ ਖੁਸ਼ ਹੁੰਦੇ ਹਨ। ਗੰਨੇ ਚੂਪਣੇ ਉਹਨਾਂ ਨੂੰ ਚੰਗੇ ਲੱਗਦੇ ਹਨ। ਮੇਰੇ ਪਿੰਡ ਵਿੱਚ ਇੱਕ ਮੇਲਾ ਵੀ ਲੱਗਦਾ ਹੈ। ਮੇਲੇ ਵਾਲੀ ਥਾਂ ਬਹੁਤ ਰੌਣਕ ਹੁੰਦੀ ਹੈ। ਸ਼ਹਿਰ ਤੋਂ ਵੀ ਕੁਝ ਲੋਕ ਮੇਲਾ ਵੇਖਣ ਆਉਂਦੇ ਹਨ। ਮੈਂ ਵੀ ਬੱਸ ਉੱਤੇ ਚੜ੍ਹ ਕੇ ਕਦੇ ਕਦੇ ਸ਼ਹਿਰ ਜਾਂਦਾ ਹਾਂ। ਇਹ ਸੀ ਪਾਠ ਨੰਬਰ 10 ਲੇਖ ਮੇਰਾ ਪਿੰਡ। ਆਓ ਹੁਣ ਪਾਠ ਅਭਿਆਸ ਕਰਦੇ ਹਾਂ। ਪਾਠ ਅਭਿਆਸ ਨੰਬਰ 1 ਮੌਖਿਕ ਪ੍ਰਸ਼ਨ। ਬੱਚਿਓ, ਇਹ ਮੌਖਿਕ ਪ੍ਰਸ਼ਨ ਹੁੰਦੇ ਹਨ। ਮੌਖਿਕ ਪ੍ਰਸ਼ਨ, ਜਿਨ੍ਹਾਂ ਨੂੰ ਅਸੀਂ ਓਰਲ ਕੁਐਸਚਨ ਵੀ ਕਹਿ ਦਿੰਦੇ ਹਨ, ਇਹਨਾਂ ਵਿੱਚ ਤੁਸੀਂ ਆਪਣੇ ਪਿੰਡ ਦੇ ਬਾਰੇ ਲਿਖਣਾ ਹੈ। ਜੋ ਪੁੱਛਿਆ ਗਿਆ ਹੈ ਤੁਸੀਂ ਆਪਣੇ ਬਾਰੇ ਹੀ ਦੱਸਣਾ ਹੈ। ਤੁਹਾਡੇ ਪਿੰਡ ਦਾ ਕੀ ਨਾਮ ਹੈ, ਇਸ ਵਿੱਚ ਮੈਂ ਆਪਣੇ ਪਿੰਡ ਦਾ ਨਾਮ ਲਿਖਣ ਲੱਗਾ ਹੈ। ਜੋ ਵੀ ਤੁਹਾਡੇ ਪਿੰਡ ਦਾ ਨਾਮ ਹੋਵੇ ਤੁਸੀਂ ਉਹ ਲਿਖ ਸਕਦੇ ਹੋ। ਆਓ ਸ਼ੁਰੂ ਕਰਦੇ ਹਾਂ। ਊੜਾ, ਤੁਹਾਡੇ ਪਿੰਡ ਦਾ ਕੀ ਨਾਂ ਹੈ? ਮੇਰੇ ਪਿੰਡ ਦਾ ਨਾਂ ਮਜਾਰਾ ਹੈ। ਐੜਾ, ਆਪਣੇ ਪਿੰਡ ਨਾਲ ਲੱਗਦੇ ਕੋਈ ਦੋ ਪਿੰਡਾਂ ਦੇ ਨਾਂ ਦੱਸੋ। ਗੁਣਾਚੌਰ ਅਤੇ ਦੁਸਾਂਝਾਂ ਮੇਰੇ ਪਿੰਡ ਨਾਲ ਲੱਗਦੇ ਪਿੰਡਾਂ ਦੇ ਨਾਂ ਹਨ। ਬੱਚਿਓ, ਤੁਸੀਂ ਇੱਥੇ ਜੋ ਵੀ ਤੁਹਾਡੇ ਪਿੰਡ ਦੇ ਨਾਲ ਦੇ ਪਿੰਡ ਹਨ ਤੁਸੀਂ ਉਹਨਾਂ ਦਾ ਨਾਂ ਲਿਖ ਸਕਦੇ ਹੋ। ਜੇ ਨਹੀਂ ਪਤਾ ਹੈ ਤਾਂ ਤੁਸੀਂ ਆਪਣੇ ਮਾਤਾ ਪਿਤਾ ਕੋਲੋਂ ਪੁੱਛ ਕੇ ਵੀ ਲਿਖ ਸਕਦੇ ਹੋ।
ਆਓ ਵਧਦੇ ਹਾਂ ਅੱਗੇ। ਨੰਬਰ 2, ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ। ਇਸ ਵਿੱਚ ਅਸੀਂ ਖਾਲੀ ਥਾਵਾਂ ਭਰਨੀਆਂ ਹਨ। ਹੇਠਾਂ ਸਾਡੇ ਕੋਲ ਆਪਸ਼ਨ ਵੀ ਹਨ, ਜਿਵੇਂ ਕਿ ਟਰੈਕਟਰਾਂ, ਬਿਜਲੀ, ਸ਼ਹਿਰ, ਮਿਹਨਤੀ ਤੇ ਕਿਰਸਾਨ। ਇਹਨਾਂ ਸਾਰੇ ਸ਼ਬਦਾਂ ਨੂੰ ਅਸੀਂ ਠੀਕ ਵਾਕਾਂ ਵਿੱਚ ਭਰਨਾ ਹੈ। ਆਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਕੂੜਾ। ਮੇਰੇ ਪਿਤਾ ਜੀ ਇੱਕ ਡੈਸ਼ ਹਨ। ਇਹ ਅਸੀਂ ਹੁਣੇ ਲੇਖ ਵਿੱਚ ਪੜ੍ਹ ਕੇ ਹਟੇ ਹਾਂ। ਲੇਖਕ ਦੱਸਦਾ ਹੈ ਕਿ ਮੇਰੇ ਪਿਤਾ ਜੀ ਇੱਕ ਕਿਰਸਾਨ ਹਨ, ਸੋ ਇੱਥੇ ਕਿਰਸਾਨ ਲਿਖਾਂਗੇ। ਐੜਾ। ਮੇਰੇ ਪਿੰਡ ਦੇ ਲੋਕ ਬਹੁਤ ਡੈਸ਼ ਹਨ। ਕੀ ਹਨ? ਇਹ ਵੀ ਦੱਸਿਆ ਸੀ ਲੇਖਕ ਨੇ, ਮੇਰੇ ਪਿੰਡ ਦੇ ਲੋਕ ਬਹੁਤ ਮਿਹਨਤੀ ਹਨ, ਇੱਥੇ ਮਿਹਨਤੀ ਲਿਖਾਂਗੇ। ਈੜੀ। ਸਾਡਾ ਪਿੰਡ ਹੁਣ ਡੈਸ਼ ਵਰਗਾ ਹੈ। ਕੀ ਆਵੇਗਾ ਇੱਥੇ? ਸ਼ਹਿਰ ਵਰਗਾ ਹੈ। ਬਿਲਕੁਲ ਠੀਕ। ਸੱਸਾ। ਸਾਡੇ ਘਰਾਂ ਵਿੱਚ ਡੈਸ਼ ਹੈ। ਲੇਖਕ ਨੇ ਕੀ ਦੱਸਿਆ ਸੀ? ਸਾਡੇ ਘਰਾਂ ਵਿੱਚ ਹੁਣ ਬਿਜਲੀ ਹੈ। ਬਿਲਕੁਲ ਸਹੀ, ਇੱਥੇ ਹੁਣ ਬਿਜਲੀ ਲਿਖਾਂਗੇ। ਆਹਾ। ਖੇਤੀ ਡੈਸ਼ ਨਾਲ ਹੁੰਦੀ ਹੈ। ਲੇਖ ਵਿੱਚ ਕੀ ਪੜਿਆ ਸੀ? ਖੇਤੀ ਹੁਣ ਟਰੈਕਟਰਾਂ ਨਾਲ ਹੁੰਦੀ ਹੈ। ਆਓ ਵੱਧਦੇ ਹਾਂ ਅੱਗੇ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਕੂੜਾ। ਮੇਰੇ ਪਿੰਡ ਵਿੱਚ ਕਿਹੋ ਜਿਹੇ ਘਰ ਹਨ? ਇਹ ਅਸੀਂ ਹੁਣੇ ਲੇਖ ਵਿੱਚ ਪੜ੍ਹ ਕੇ ਹਟੇ ਹਾਂ। ਇਸਦਾ ਉੱਤਰ ਆਵੇਗਾ, ਮੇਰੇ ਪਿੰਡ ਵਿੱਚ ਕੁਝ ਘਰ ਕੱਚੇ ਹਨ ਪਰ ਬਹੁਤੇ ਘਰ ਪੱਕੇ ਹਨ। ਐੜਾ। ਖੇਤਾਂ ਵਿੱਚ ਉਗਾਈਆਂ ਜਾਂਦੀਆਂ ਫਸਲਾਂ ਦੇ ਨਾਂ ਲਿਖੋ। ਇਸਦਾ ਉੱਤਰ ਆਵੇਗਾ, ਕਣਕ, ਛੋਲੇ, ਚਾਵਲ, ਮੱਕੀ ਅਤੇ ਦਾਲਾਂ। ਈੜੀ। ਪਿੰਡ ਦੇ ਲੋਕ ਕੀ ਕੰਮ ਕਰਦੇ ਹਨ? ਲੇਖਕ ਨੇ ਕੀ ਦੱਸਿਆ ਸੀ? ਇਸਦਾ ਉੱਤਰ ਆਵੇਗਾ, ਪਿੰਡ ਦੇ ਲੋਕ ਖੇਤੀ ਦਾ, ਕੱਪੜੇ ਬੁਣਨ ਦਾ, ਲੱਕੜੀ ਅਤੇ ਲੋਹੇ ਦੀਆਂ ਚੀਜ਼ਾਂ ਬਣਾਉਣ ਦਾ, ਦੁੱਧ ਵੇਚਣ ਦਾ, ਦਰੀਆਂ ਖੇਸ ਬੁਣਨ ਦਾ, ਜੁੱਤੀਆਂ ਬਣਾਉਣ ਦਾ ਅਤੇ ਤੂਤ ਦੀ ਛਿੱਟੀਆਂ ਦੇ ਟੋਕਰੇ ਬਣਾਉਣ ਦਾ ਕੰਮ ਕਰਦੇ ਹਨ। ਸੱਸਾ। ਲਾਇਬ੍ਰੇਰੀ ਵਿੱਚ ਬੈਠ ਕੇ ਲੋਕ ਕੀ ਕਰਦੇ ਹਨ? ਤੁਸੀਂ ਲਾਇਬ੍ਰੇਰੀ ਵਿੱਚ ਬੈਠ ਕੇ ਕੀ ਕਰਦੇ ਹਨ? ਇਸਦਾ ਉੱਤਰ ਆਵੇਗਾ, ਲਾਇਬ੍ਰੇਰੀ ਵਿੱਚ ਬੈਠ ਕੇ ਲੋਕ ਪੜ੍ਹਦੇ ਹਨ। ਆਹਾ। ਲੋਕਾਂ ਦੀ ਸਹੂਲਤ ਲਈ ਪਿੰਡ ਵਿੱਚ ਹੋਰ ਕੀ ਹੈ? ਲੇਖਕ ਨੇ ਦੱਸਿਆ ਸੀ। ਇਸਦਾ ਉੱਤਰ ਆਵੇਗਾ, ਪਿੰਡ ਵਿੱਚ ਇੱਕ ਸਰਕਾਰੀ ਡਿਸਪੈਂਸਰੀ ਹੈ ਅਤੇ ਪਿੰਡ ਵਿੱਚ ਪਸ਼ੂਆਂ ਦਾ ਇੱਕ ਹਸਪਤਾਲ ਵੀ ਹੈ। ਬੱਚਿਓ, ਇਹਨਾਂ ਪ੍ਰਸ਼ਨਾਂ ਦੇ ਉੱਤਰਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਤੇ ਪੇਪਰਾਂ ਵਿੱਚ ਇਸੇ ਤਰ੍ਹਾਂ ਹੀ ਲਿਖਣਾ ਹੈ। ਆਓ ਅੱਗੇ ਵੱਧਦੇ ਹਾਂ। ਨੰਬਰ 4, ਹੇਠ ਲਿਖੇ ਸ਼ਬਦਾਂ ਦੇ ਜੋੜੇ ਬਣਾਓ, ਜਿਵੇਂ ਕਿ ਤੀਰ ਦਾ ਨਿਸ਼ਾਨਾ ਲਾ ਕੇ ਦੱਸਿਆ ਗਿਆ ਹੈ। ਸੋ ਇਸ ਵਿੱਚ ਖੇਤ ਦੇ ਅੱਗੇ ਤੀਰ ਦਾ ਨਿਸ਼ਾਨਾ ਲਾ ਕੇ ਫਸਲ ਵੱਲ ਇਸ਼ਾਰਾ ਕੀਤਾ ਗਿਆ ਹੈ। ਸੋ ਅਸੀਂ ਇੱਥੋਂ ਸਮਝ ਗਏ ਹਾਂ ਕਿ ਅਸੀਂ ਜੋੜੇ ਬਣਾਉਣੇ ਹਨ ਜਿਹੜੇ ਕਿ ਇੱਕ ਦੂਜੇ ਨਾਲ ਜੁੜਦੇ ਹੋਣ, ਜਿਵੇਂ ਕਿ ਖੇਤ ਤੇ ਫਸਲ। ਫਸਲ ਕਿੱਥੇ ਉੱਗਦੀ ਹੈ? ਖੇਤਾਂ ਵਿੱਚ। ਸੋ ਇਸੇ ਤਰ੍ਹਾਂ ਹੀ ਜਿਹੜੇ ਵੀ ਆਪਸ ਵਿੱਚ ਦੋ ਰਲਦੇ ਮਿਲਦੇ ਸ਼ਬਦ ਹਨ, ਜਿਹੜੇ ਇੱਕ ਦੂਜੇ ਨਾਲ ਕੰਮ ਜਾਂ ਫਿਰ ਇਕੱਠੇ ਕੰਮ ਕਰਦੇ ਹਨ, ਉਹਨਾਂ ਬਾਰੇ ਲਿਖਣਾ ਹੈ। ਆਓ ਸ਼ੁਰੂ ਕਰਦੇ ਹਾਂ। ਖੇਤ ਦਾ ਆ ਗਿਆ ਫਸਲ, ਇਸੇ ਤਰ੍ਹਾਂ ਸਕੂਲ ਦਾ ਆਵੇਗਾ। ਕੀ ਆਵੇਗਾ ਬੱਚਿਓ? ਸਕੂਲ ਦਾ ਆਵੇਗਾ ਅਧਿਆਪਕ। ਅਧਿਆਪਕ ਸਕੂਲ ਵਿੱਚ ਪੜ੍ਹਾਉਂਦੇ ਹਨ, ਸੋ ਇੱਥੇ ਆਵੇਗਾ ਅਧਿਆਪਕ। ਇਸੇ ਤਰ੍ਹਾਂ ਹੀ ਡਾਕਖਾਨਾ, ਡਾਕਖਾਨੇ ਦਾ ਆਵੇਗਾ ਡਾਕੀਆ। ਬਿਲਕੁਲ ਸਹੀ। ਇਸੇ ਤਰ੍ਹਾਂ ਡਿਸਪੈਂਸਰੀ, ਡਿਸਪੈਂਸਰੀ ਦੇ ਸਾਹਮਣੇ ਅਸੀਂ ਕਿਸ ਨੂੰ ਮਿਲਾਵਾਂਗੇ? ਦਵਾਈਆਂ, ਦਵਾਈਆਂ ਡਿਸਪੈਂਸਰੀ ਤੋਂ ਮਿਲਦੀਆਂ ਹਨ। ਇਸੇ ਤਰ੍ਹਾਂ ਹੀ ਚਿੱਟੀਆਂ, ਚਿੱਟੀਆਂ ਦੇ ਸਾਹਮਣੇ ਅਸੀਂ ਨਿਸ਼ਾਨ ਲਗਾਵਾਂਗੇ ਟੋਕਰੇ ਅੱਗੇ। ਚਿੱਟੀਆਂ ਦੇ ਟੋਕਰੇ ਬਣਦੇ ਹਨ, ਇੱਕ ਦੂਜੇ ਨਾਲ ਜੁੜੇ ਹੋਏ ਹਨ। ਆਓ ਵੱਧਦੇ ਹਾਂ ਅਗਲੇ ਐਕਸਰਸਾਈਜ਼ ਵੱਲ। ਸਮਝੋ ਅਤੇ ਲਿਖੋ। ਦਰੀ, ਦਰੀਆਂ। ਸੋ ਇੱਥੇ ਸਾਨੂੰ ਇਹ ਸਮਝ ਲੱਗਦੀ ਹੈ ਕਿ ਬਹੁਵਚਨ ਹਨ। ਇਸੇ ਤਰ੍ਹਾਂ ਹੀ ਕਹੀ ਦਾ ਆਵੇਗਾ ਕਹੀਆਂ। ਫਿਰ ਹੈ ਦਾਤੀ, ਦਾਤੀ ਦਾ ਬਹੁਵਚਨ ਆਵੇਗਾ ਦਾਤੀਆਂ। ਜੁੱਤੀ, ਜੁੱਤੀ ਦਾ ਬਹੁਵਚਨ ਆਵੇਗਾ ਜੁੱਤੀਆਂ। ਫਿਰ ਹੈ ਕੁਰਸੀ, ਕੁਰਸੀ ਦਾ ਬਹੁਵਚਨ ਆਵੇਗਾ ਕੁਰਸੀਆਂ। ਅੰਤ ਵਿੱਚ ਹੈ ਬਾਲਟੀ, ਬਾਲਟੀ ਦਾ ਬਹੁਵਚਨ ਆਵੇਗਾ ਬਾਲਟੀਆਂ। ਇੱਕ ਤੋਂ ਜ਼ਿਆਦਾ ਨੂੰ ਅਸੀਂ ਬਹੁਵਚਨ ਕਹਿੰਦੇ ਹਾਂ, ਵੀ ਜਾਣਦੇ ਹੀ ਹੋ। ਆਓ ਅੱਗੇ ਵੱਧਦੇ ਹਾਂ। ਸਮਝੋ ਅਤੇ ਲਿਖੋ। ਮੁੰਡੇ ਦੇ ਸਾਹਮਣੇ ਲਿਖਿਆ ਹੈ ਕੁੜੀਆਂ, ਸੋ ਇਹ ਤੋਂ ਪਤਾ ਲੱਗਦਾ ਹੈ ਕਿ
लिंग बदलो है, मुंडे का कुड़िया है, तो अध्यापक का आवेगा अध्यापिका, फिर है पिता, पिता का की आवेगा लिंग बदलो की आवेगा माता। नंबर सात, मिलान करो। बच्चों इस विच किरतियां बारे दसिया गया है, जिवें कि मोची, जुलाहा, दर्जी, तरखान, लोहार ते कुम्यार। अते सामने सानू दसिया गया है कम, जिवें मिट्टी दे भांडे बनाउण वाला, खुरपे ते दातियां बनाउण वाला। असी इस विच सही किरती नू उस दे कम दे नाल मिलाउणा है। आओ शुरू करदे हां। सब तो पहला है मोची। मोची की कम करदा है? जुतियां बनाउण वाला हुंदा है। जुतियां बनाउण वाले नू असी मोची कहिंदे हां, इस करके मोची नू जुतियां बनाउण वाले नाल मिलावांगे। फिर है जुलाहा। जुलाहा की कम करदा है? जुलाहा कपड़े बुनने वाला हुंदा है, कपड़े बनाउण दा कम करदा है, इस नू कपड़े बुनने वाले दे नाल मिलावांगे। फिर है दर्जी। दर्जी किस नू कहिंदे हन? कपड़े सियोण वाले नू दर्जी कहिंदे हां, इस नू कपड़े सियोण वाले नाल मिलावांगे। फिर है तरखाण। तरखाण किस नू कहिंदे हन? पटड़े, ओटने ते मेज कुर्सियां बनाने वाले नू तरखाण कहिंदे हन, मतलब कि लकड़ी दे काम करन वाले तनकार। इसे तरह है लोहार। लोहार किस नू कहिंदे हन? लोहार खुरपे ते दातियां बनाने वाला, लोहे दे काम करन वाले नू लोहार भी कहिंदे हन, याद रखना। अंत विच है कुम्यार। कुम्यार किस नू कहिंदे हन? बिल्कुल सही, मिट्टी दे भांडे बनाने वाले नू कुम्यार कहिंदे हन। आओ वधदे हां अगले एक्सरसाइज वल। पाठ विच ला मात्रा वाले शब्द चुन के लिखो। इस लेख विच ला मात्रा वाले शब्द असी जिहड़े आए हन उन्हां लिखना है। आओ शुरू करदे हां। सब तो पहला है मेरा। मम्मी नू ला रारे नू कन्ना मेरा। फिर है इत्थे। ईड़ी नू सियारी, अदक उत्ते इत्थे नू ला इत्थे। फिर है कच्चे। कक्के उपर अदक, चच्चे नू ला कच्चे। बहुते बब्बा, हाड़ी नू हाही नू औंकड़, तिते नू ला बहुते। फिर है पक्के। पप्पे उपर अदक, कक्के नू ला। फिर है रेंदे। रारा हाही नू सियारी, उत्ते बिल्ली टिप्पी, तदे नू ला रेंदे। फिर है सवेरे। ससा वावे नू ला, रारे नू ला। अंत विच है खेता। कक्खे नू ला, तत्ते नू कन्ना, उत्ते बिंदी खेता। सो बच्चो ये सी पाठ नंबर 10 मेरा पिंड अते उस नाल जुड़े प्रश्न उत्तर। अज लई इन्ना ही, धन्यवाद। जेकर तुहानू साडी वीडियो पसंद आवे, साडे चैनल लाइक करो, सबसक्राइब करो ते बैल आइकन नू प्रेस करो।